ਚਾਰਾਂ ਦਿਨਾਂ ਦੀ ਸੂਈ ਥੱਲੇ 14 ਕਿਲੋ ਬੱਚੇ ਨੂੰ ਪਿਆ ਕੇ ਬਾਈ ਕਹਿੰਦਾ ਡੰਗ, ਦੋ ਡੰਗ, ਚਾਰ ਡੰਗ ਕੋਈ ਵੀ ਸੱਜਣ ਆਪਣੇ ਕੋਲੇ ਆ ਕੇ ਚੋ ਕੇ ਲਿਆ ਸਕਦਾ। ਲਗਾਤਾਰ ਇਹ 3 ਮਹੀਨੇ 18 ਕਿਲੋ ਤੇ ਚੱਲੀ, ਠੀਕ ਹੈ ਗੱਲ, ਔਰ ਇਹਨੂੰ ਆਪ ਛੱਡਿਆ। 14 ਕਿਲੋ ਪਹਿਲਣ ਦਾ ਰਿਕਾਰਡ ਆ, ਜਿਵੇਂ ਬਾਈ ਨੇ ਦੱਸਿਆ ਵੀ ਇਹ ਲੋਕਲ ਜਾਨਵਰ ਹੀ ਨੇ ਯਾਰ, ਘਰ ਦੇ ਜਾਨਵਰ ਨੇ, ਕੋਈ ਸੇਲ ਪਰਚੇਜ ਵਾਲਾ ਸਿਸਟਮ ਨਹੀਂ ਹੈਗਾ ਇਹਦੇ ਚ ਵੀ ਇਹ ਜਾਨਵਰ ਜਾਂ ਬਾਈ ਕਿਤੋਂ ਖਰੀਦ ਕੇ ਲੈ ਕੇ ਆਇਆ। ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਦੋਲੋ ਕਲਾਂ, ਤਹਿਸੀਲ ਤੇ ਜ਼ਿਲ੍ਹਾ ਰਹਿ ਜਾਂਦਾ ਲੁਧਿਆਣਾ, ਨੇੜੇ ਆ ਗਿਆ ਗੁਰੂ ਘਰ ਪੌੜਸਰ ਸਾਹਿਬ, ਕਿਉਂਕਿ ਇਸ ਜ਼ਿਲ੍ਹੇ ਵਾਲੇ ਸੱਜਣ ਜਾਣਦੇ ਨੇ ਕਿ ਗੁਰੂ ਘਰ ਕਾਫੀ ਮਸ਼ਹੂਰ ਆ ਮੇਰਾ ਖਿਆਲ ਤੇ ਇਤਿਹਾਸਕ ਗੁਰੂ ਘਰ ਵੀ ਆ ਜੀ। ਝੋਟੀਆਂ ਦਿਖਾਵਾਂਗੇ ਦੋ, ਇੱਕ ਤਾਂ ਸਾਹਮਣੇ ਉਹ ਝੋਟੀ ਦਿਖਾਵਾਂਗੇ, ਇਹ ਹੈਗੀ ਆ ਦੂਜਾ ਸੂਆ 15 ਕਿਲੋ ਦੁੱਧ ਤਿਆਰੀ ਦਾ 14 ਦਿਨਾਂ ਦੀ ਸੂਈ ਥੱਲੇ, ਪਿੱਛੇ ਹੈਗੀ ਆ ਕੱਟੀ ਤੇ ਇੱਕ ਸੱਜਣੋ ਆ ਦਿਖਾਵਾਂਗੇ ਦੂਜਾ ਸੂਆ, ਇਹ ਝੋਟੀ ਨੇ ਸੂਣਾ ਤੇ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛਾਂਗੇ, ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਇਹਨਾਂ ਦੋਹਾਂ ਦੇ ਵੀਡੀਓ ਚ ਹੀ ਕਰਾਵਾਂਗੇ। ਹੋਰ ਕੀ ਹਾਲ ਚਾਲ ਹੈ ਜੀ? ਠੀਕ ਆ ਜੀ, ਵਧੀਆ। ਨਾਮ ਦੱਸੋ ਜੀ। ਮੇਰਾ ਨਾਮ ਬੈਜ ਜਸਵੰਤ ਸਿੰਘ, ਨੇੜੇ ਪੌੜ ਸਾਹਿਬ ਗੁਰਦੁਆਰਾ ਦੋਲੋਂ ਕਲਾਂ ਜੀ। ਹਾਂ, ਤੇ ਬਾਕੀ ਬਾਈ ਨੂੰ ਸੱਜਣ ਪਛਾਣ ਹੀ ਲੈਣਗੇ। ਹਾਂਜੀ ਬਿਲਕੁਲ ਜੀ, ਹਾਂ ਮਸ਼ਹੂਰ ਸ਼ਖਸੀਅਤ ਨੇ, ਇਹੀ ਜੀ ਗੱਲ ਨਹੀਂ, ਇੱਥੇ ਵੀ ਫਾਰਮ ਦਾ ਕੰਮ ਚੱਲਦਾ ਤੇ ਬਾਕੀ ਬਾਈ ਹੋਰੀ ਯਾਰ ਸਮਾਜ ਸੇਵਾ ਵੀ ਕਰਦੇ ਨੇ ਤੇ ਨਾਲ ਨਾਲ ਜੇ ਮੈਂ ਗੱਲ ਕਰ ਲਾਂ ਵੀ ਤਾਕੜੇ ਵੈਦ ਵੀ ਆ ਗਏ ਇਸ ਜ਼ਿਲ੍ਹੇ ਦੇ, ਲਾ ਲਓ ਕਈ ਜ਼ਿਲ੍ਹਿਆਂ ਦੇ ਵੀ ਲਾ ਲਓ, ਹੋਰ ਦੂਰ ਦੂਰ ਤੱਕ ਸੱਜਣ ਜਾਣਦੇ ਨੇ ਤਕਰੀਬਨ ਜੇ ਆਪਾਂ ਹਰੇਕ ਬਿਮਾਰੀ ਦਾ ਇਲਾਜ ਵੀ ਕਰਦਾ ਗਿਆ। ਵੈਦਗਿਰੀ ਦੇ ਵਿੱਚ ਅਸੀਂ ਦਵਾਈਆਂ ਸਿਰਫ 3 ਨਹੀਂ ਦਿੰਦੇ, ਤੇ ਜਿਹਦੇ ਚ ਗੁਰਦਿਆਂ ਦੀ, ਗਦੂਦਾਂ ਦੀ ਤੇ ਨਾਲ ਹਰਦੀਆਂ ਦੀ, ਇਹ 3 ਦਵਾਈਆਂ ਦਿੰਦੇ, ਬਾਕੀ ਹਰ ਦਵਾਈ ਬਾਕੀ ਹਰੇਕ ਚੀਜ਼ ਦਾ ਇਲਾਜ ਹੈ। ਹਾਂ, ਲੈ ਝੋਟੀ ਤੋਂ ਕਰ ਲੈਣਾ ਸ਼ੁਰੂ, ਆ ਝੋਟੀ ਤੋੜ ਦੋ ਜੀ ਖੋਲ ਕੇ, ਕਿਹੜਾ ਸੂਆ ਜੀ ਇਹਦਾ? ਦੂਜਾ ਸੂਆ ਜੀ, ਸੂਆ ਹੈਗਾ ਦੂਜਾ, ਲੈ ਸੱਜਣਾ ਇਹਦੀ ਬਾਡੀ ਬੂਡੀ ਦਿਖਾ ਦੇ ਉੱਤੋਂ, ਸੂਈ ਨੂੰ ਕਿੰਨੇ ਦਿਨ ਹੋ ਗਏ ਜੀ? ਸੂਈ ਨੂੰ ਅੱਜ ਚੌਥੇ ਸ਼ਾਮ ਨੂੰ ਸੂਈ ਹੈ, ਚੌਥੇ ਸ਼ਾਮ ਨੂੰ ਸੂਈ ਹੈ। ਤੇ ਬਾਕੀ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ, ਟਾਈਮ ਹੈਗਾ ਦੁਪਹਿਰ ਦਾ 12 ਕੁ ਵਜੇ ਦਾ, ਸਵੇਰ ਦੀ ਚਵਾਈ ਬਾਈ ਕਹਿੰਦਾ ਅੱਜ ਮੌਸਮ ਖਰਾਬ ਹੋਣ ਕਰਕੇ ਲੇਟ ਹੈ, 7:30 ਵਜੇ ਚੋਈ ਹੋਈ ਹੈ, 7:30 ਦੀ ਚੋਈ ਆ, ਉਹ ਹਿਸਾਬ ਨਾਲ ਤੁਸੀਂ ਇਹਦੇ ਲੇਵੇ ਦੀ ਜੱਜਮੈਂਟ ਕਰ ਲਿਓ। ਨਾ ਪਿੱਛੇ ਹੈਗੀ ਇਹਦੇ ਕੱਟੀ ਤੇ ਦੁੱਧ ਹੁਣ ਕਿੰਨਾ ਰੈਡੀ ਦਾ ਜੀ? ਦੁੱਧ ਇਹਨੂੰ ਕੱਟੀ ਨੂੰ ਚੁੰਘਾ ਕੇ 14 ਲੀਟਰ ਦੁੱਧ ਚਾਹੇ ਕੋਈ ਕੱਲ ਨੂੰ ਚੋਲੇ, 14 ਚਾਰ ਦਿਨ ਚਾਰ ਡੰਗ ਸੋ ਚੋਲੇ, ਚਾਰ ਡੰਗ, 5 ਡੰਗ, ਜਦੋਂ ਮਰਜ਼ੀ ਚੋਲੇ, ਜਦੋਂ ਮਰਜ਼ੀ ਚੋਲੇ, ਤੇ ਇਹ ਸਹੀ ਦੇ 20-22 ਲੀਟਰ ਦਊਗੀ। ਇਹਦਾ ਪਹਿਲੇ ਸੂਏ ਦਾ ਕੀ ਰਿਕਾਰਡ ਆਈ ਦੁੱਧ ਦਾ? 18 ਲੀਟਰ ਇਹਨੇ ਦੁੱਧ ਦਿੱਤਾ ਪਹਿਲੇ ਸੂਏ, ਇਹ ਆਪਣੇ ਕੋਲ ਘਰ ਦੀ ਹੋ ਹੈ, ਇਹ ਮਤਲਬ ਭਰਾਵਾਂ ਚੋਂ ਵੰਡ ਚ ਆਈਆਂ ਨੇ, ਠੀਕ ਹੈ ਜੀ ਗੱਲ, ਵੰਡ ਚ 2 ਆਈਆਂ ਤੇ ਇਸ ਗੱਲੋਂ ਆਪਾਂ ਵਾਲੇ ਪਸ਼ੂ ਨਹੀਂ ਰੱਖਣੇ। ਹਾਂ, ਐਂ ਦੀ ਘੁਮਾ ਲਿਆ, ਐਂ ਦੀ ਘੁਮਾ ਲਿਆ, ਉੱਤੋਂ ਦੀ ਜਗ੍ਹਾ ਦਾ ਆਵਾਜ਼ ਥੋੜਾ ਜਿਹਾ ਜ਼ਰੂਰ ਹੈ ਮੌਸਮ ਦੀ ਖਰਾਬੀ ਕਾਰਨ, ਪਰ ਜੇ ਸੱਜਣਾ ਬਾਡੀ ਬੂਡੀ ਦੀ ਗੱਲ ਕਰ ਲਈਏ ਨਾ ਝੋਟੀ ਦੀ, ਯਾਰ ਬਾਡੀ ਬੂਡੀ ਆ ਜਿਹੜੀ, ਬਾਡੀ ਬੂਡੀ ਵੀ ਲਾਜਵਾਬ ਆ ਤੇ ਚੌੜੇ ਢਾਂਚੇ ਚ ਆ ਗਈ। ਸੂਆ ਹੈਗਾ ਦੂਜਾ, ਪਿੱਛੇ ਫੀਮੇਲ ਕਾਫ ਆ, 14 ਦਿਨਾਂ ਦੀ ਓਰੀਜਨਲ ਸੂਈ ਆ, ਬੱਚਾ ਵੀ ਦਿਖਾ ਦੂੰਗਾ ਮੈਂ, 14 ਦਿਨਾਂ ਦੀ ਸੂਈ ਥੱਲੇ 14 ਕਿਲੋ ਬੱਚੇ ਨੂੰ ਪਿਆ ਕੇ ਬਾਈ ਕਹਿੰਦਾ ਡੰਗ, ਦੋ ਡੰਗ, ਚਾਰ ਡੰਗ ਕੋਈ ਵੀ ਸੱਜਣ ਆਪਣੇ ਕੋਲੇ ਆ ਕੇ ਚੋ ਕੇ ਲਿਆ ਸਕਦਾ। ਬਾਕੀ ਇਹਦੇ ਫੀਚਰ ਵੀ ਤੁਹਾਨੂੰ ਦੱਸਣਗੇ ਤੇ ਮੇਨ ਗੱਲ ਆ ਯਾਰ ਜਿਹਦੀ ਪਤਲੀ ਚਮੜੀ ਆ, ਪਤਲੀ ਸਕਿਨ ਆ, ਉਹ ਵੀ ਦੁੱਧ ਵਾਲੇ ਫੀਚਰ ਹੁੰਦੇ ਨੇ ਤਕਰੀਬਨ ਆ ਜਾ ਕੱਟੀ ਤੇ ਵੀ ਮਾਰਦੇ ਕੈਮਰਾ, ਕੱਟੀ ਉਹ ਆ ਜਿਹਦੀ, ਆਹ ਕੱਟੀ, ਹਾਂ ਇੱਧਰਲੇ ਬੰਨੇ ਲਏ ਆ, ਦੂਰ ਨਾ ਖੜਿਆ ਕਰਨ ਵਾਲਾ, ਇੱਧਰ ਲਿਆ ਆਹ ਕੱਟੀ ਤੇ ਮਾਰਦੇ, ਆਹ ਕੱਟੀ ਦੇਖ ਲਓ ਹੁਣ ਤੁਸੀਂ ਆਪ ਹਿਸਾਬ ਲਾ ਲਿਓ, ਕਿਉਂਕਿ ਵਾਲ ਵੀ ਇਹਦੇ ਮਾੜੇ ਮਾੜੇ ਨੇ ਪਿੰਡੇ ਤੇ 14 ਕੁ ਦਿਨਾਂ ਦੀ ਸੂਈ ਆ, ਨਾਲ ਫੀਮੇਲ ਕਾਫ ਆ ਤੇ ਦੁੱਧ ਬਾਈ ਕਹਿੰਦਾ ਪਹਿਲਣ ਦਾ ਜੇ ਗੱਲ ਕਰ ਲਈਏ 18 ਕਿਲੋ ਦਾ ਰਿਕਾਰਡ ਹੈ ਇਹਦਾ ਪਹਿਲੇ ਸੂਏ ਦਾ, ਇਸ ਟਾਈਮ ਹੈਗਾ ਸੂਆ ਇਹਦਾ ਸੱਜਣੋ ਦੂਜਾ। ਇਸ ਨੇ ਗੁਰੀ ਸਹੀਜੇ ਜਈ ਮਤਲਬ 18 ਲੀਟਰ 3 ਮਹੀਨੇ ਦਿਨ ਲਗਾਤਾਰ ਦਿੰਦੀ ਰਹੀ ਹੈ, ਲਗਾਤਾਰ 3 ਮਹੀਨੇ 18 ਕਿਲੋ ਕਰਤਾ ਵੀ 18 ਕਿਲੋ ਦੇਤਾ, ਠੀਕ ਹੈ ਗੱਲ, ਇਹ ਤਾਂ ਲਗਾਤਾਰ ਇਹ 3 ਮਹੀਨੇ 18 ਕਿਲੋ ਤੇ ਚੱਲੀ, ਠੀਕ ਹੈ ਗੱਲ, ਔਰ ਇਹਨੂੰ ਆਪ ਛੱਡਿਆ 7 ਮਹੀਨੇ ਤੇ ਜਾ ਕੇ ਡੰਗ ਤੇ ਲੇਵਾ ਲੂਆ ਕਿੰਨਾ ਕੁ ਭਰਦੀ ਆ? ਇਹ ਤਾਂ ਜਦੋਂ ਕੋਈ ਸੱਜਣਾ ਮਤਲਬ ਵੀਡੀਓ ਚ ਦੱਸੇ ਤੇ ਕੋਈ ਬੰਦਾ ਯਕੀਨ ਨਹੀਂ ਕਰਦਾ, ਜਦੋਂ ਆ ਕੇ ਚੂਗਾ ਤੁਸੀਂ ਪਤਾ ਲੱਗਦਾ ਵੀ ਹਾਂ ਬਾਲਟੀ ਭਰ ਕੇ ਉੱਠਦਾ ਕਿ ਨਹੀਂ ਉੱਠਦਾ।
ਠੀਕ ਹੈ, ਫਿਰ ਉਦੋਂ ਹੀ ਪਤਾ ਲੱਗਦਾ। ਤੇ ਇਹਨੇ ਹੁਣ ਇਹਨੂੰ ਕਹਿ ਲਓ ਵੀ 12 ਵਜੇ ਤਾਂ 5 ਕੁ ਘੰਟੇ ਇਹਨੂੰ ਜੋਈ ਨੂੰ ਹੋਏ ਆ, ਠੀਕ ਹੈ, ਸ਼ਾਮ ਤੱਕ 7 ਘੰਟੇ ਹੋਰ ਪਏ, 7 ਘੰਟੇ ਤੱਕ ਇਹਨੇ ਐਨ ਪੂਰਾ ਭਰਿਆ ਹੋਣਾ, 7 ਘੰਟਿਆਂ ਤੱਕ ਪੂਰੀ ਬਣ ਜਾਣਾ। ਤੇ ਮੇਨ ਗੱਲ ਯਾਰ, ਜਿੰਨਾ ਦੁੱਧ ਦੱਸਿਆ ਇਹ ਕਿਹੜਾ ਕੋਈ ਗੱਬਣ ਆ ਸੂਈ ਹੋਈ ਆ, ਆਕੇ ਚੋਕੇ ਤਸੱਲੀ ਕਰ ਲੈਣੀ, ਆਕੇ ਚੋਕੇ ਤਸੱਲੀ ਕਰਕੇ ਲੈ ਜਾ ਸਕਦਾ। ਪੈਸੇ ਇਹਦੇ ਪੈਸੇ ਸਭ ਕਿੰਨੇ ਲਵਾਂਗੇ? ਇਹਦਾ ਮੁੱਲ ਕਰਦੇ ਆਪਾਂ 170 165 ਦੀ ਦੇਵਾਂਗੇ, 1,65,000 ਦੀ ਆਪਾਂ ਦੇ ਦਾਂਗੇ। ਅੱਜ ਚਵਾ ਦਾਂਗੇ ਬੱਚੇ ਤੋਂ ਬਿਨਾ, ਬਾਰ ਬਾਰ ਕਹਿਣਾ ਮੈਂ 14 ਕਿਲੋ ਘੱਟੋ ਘੱਟ ਚਾਹੇ 4 ਡੰਗ ਚੋ ਲਿਓ। 1:40:45 ਵਾਲਾ ਬਾਈ ਮੇਰਾ ਕੋਈ ਫੋਨ ਨਾ ਲਾਵੇ, ਤੇ ਐਵੇਂ ਮਤਲਬ ਅਸੀਂ ਚਟਣੀਆਂ ਨਹੀਂ ਤੋੜਦੇ, ਤੇ ਨਾ ਸਾਡਾ ਕੋਈ ਉਦਾਂ ਦਾ ਕੰਮ ਹੈ, ਨਾ ਸਾਡਾ ਵਪਾਰ ਦਾ ਕੰਮ ਹੈ। ਠੀਕ ਹੈ ਜੀ, ਇਹ ਤਾਂ 2 ਡੰਗਰ ਮੈਨੂੰ ਮੇਰੇ ਹਿੱਸੇ 'ਚ ਆਏ ਆ ਪਿੰਡ ਤੋਂ। ਠੀਕ ਹੈ ਜੀ, ਤੇ ਸਭ ਭਰਾਵਾਂ ਦੇ ਵਿੱਚ ਥੋੜਾ ਜਿਹਾ ਹੋ ਜਾਂਦਾ ਹੁੰਦਾ, ਤੇ ਮੈਂ ਇਸ ਚੀਜ਼ ਨੂੰ ਸੋਚ ਕੇ ਇਹਨੂੰ ਮੈਂ ਤਾਂ ਵੇਚ ਰਿਹਾ 2 ਹੀ, ਕਿ ਉਹਨਾਂ ਨੇ ਜਦੋਂ ਉਰੇ ਆਉਣਾ ਉਹਨਾਂ ਨੇ ਦੇਖਣਾ ਵੀ ਇਹ ਪਿੰਡੋਂ ਸਾਡੇ ਕੋਲ ਆਈਆਂ ਹੋਈਆਂ। ਠੀਕ ਹੈ ਜੀ, ਇਸ ਗੱਲ ਮੈਂ ਦੇ ਰਿਹਾ ਨਹੀਂ, ਇਹ ਝੋਟੀਆਂ ਵੇਚਣ ਯੋਗ ਨਹੀਂ। ਠੀਕ ਹੈ ਜੀ, ਗੱਲ ਇਹ ਮਿਲੂਗੀ 1,65,000 ਦੀ। ਇਧਰਲੇ ਬੰਨੇ ਹੋ ਕੇ ਦਿਖਾ ਦੇ, ਇੱਥੇ ਤੋਂ ਲੰਬਾਈ ਲੰਬੂਈ ਦਿਖਾ ਦੇ, ਤੇ ਮੇਨ ਗੱਲ ਆ ਯਾਰ ਇਹਦੀ ਬਰੀਡ ਬਰੂਡ ਦਿਖਾ ਦੇ, ਤੇ ਅਗਲੇ ਬੰਨੇ ਉਸਤਾਦ ਲੇ ਵਾਲੂ ਆ ਵੀ ਦਿਖਾ ਦੇ, ਐਨ ਵਿਊ ਕਰਕੇ ਦਿਖਾ ਦੇ, 2X ਦੇ ਥਣ ਥੁਣ ਦਿਖਾ ਦੇ, ਐਨ ਸਮਾਰ ਕੇ, ਤੇ ਲੇ ਵਾਲੂ ਆ ਵੀ ਬਾ ਕਮਾਲ ਆ ਸੱਜਣੋ। ਤੇ ਆਰਡਰ ਵੀ ਜਿਵੇਂ ਬਾਈ ਨੇ ਦੱਸਿਆ ਵੀ ਡੰਗ ਤੇ ਇਹ ਚੰਗਾ ਬਣਾਉਂਦੀ ਆ, ਪੂਰਾ ਸੂਆ ਹੈਗਾ। ਦੂਜਾ ਇਹ ਮਿਲੂਗੀ 1,65,000 ਦੀ। ਤੇ ਹੁਣ ਲੈ ਆ ਇਧਰਲੇ ਬੰਨੇ ਕੈਮਰਾ, ਆਹ ਚੋਟੀ ਤੇ ਵੀ ਮਾਰ ਦੇ, ਇਹਦਾ ਸੂਆ ਕਿਹੜਾ ਜੀ? ਇਹਨੇ ਵੀ ਦੂਜਾ ਸੂਆ ਸੋਣਾ, ਇਹ ਵੀ ਤੋਰ ਦੋ ਜੀ ਖੋਲ ਕੇ, ਇਹਨੇ ਵੀ ਦੂਜੇ ਸੂਣਾ, ਇਹ ਕਿੰਨੇ ਦਿਨ ਕੱਢ ਦੂਗੀ ਬਈ? ਇਹਦੇ 19 ਤਰੀਕ ਨੂੰ ਦਿਨ ਪੂਰੇ ਹੁੰਦੇ ਆ। ਅੱਛਾ, ਇਹਦੇ 19 ਨੂੰ ਪੂਰੇ ਨੇ, ਅੱਜ ਤਰੀਕ ਮੇਰਾ ਖਿਆਲ ਆ ਅਜੇ ਤਾਂ ਅੱਜ ਤਰੀਕ ਆਪਣੇ 10 ਹੈ, 10 ਤਰੀਕ ਆ, ਤੇ 10 ਕਿ 9 9 ਹੋਊ, 9 ਹੈ 9, ਅਜੇ ਇਹਦੇ 10 ਦਿਨ ਪਏ ਆ, 10 ਦਿਨ ਇਹਦੇ ਅਜੇ ਬਾਕੀ ਨੇ। ਸੂਆ ਸੂਣਾ ਦੂਜਾ, ਇਹਦਾ ਦੁੱਧ ਕੀ ਕਿੰਨਾ ਕਰ ਕਾਟਾ ਜੀ? ਇਹਨੇ ਪਿਛਲੇ ਸੂਏ ਪਹਿਲਣ ਨੇ ਦਿੱਤਾ 14.5 ਲੀਟਰ ਦੁੱਧ, 14.5 ਜੀ, ਤੇ ਸੀਲ ਸਾਊ ਬਹੁਤ ਆ, ਬੇਹੱਦ, ਉਹ ਵੀ ਸੀਲ ਸਾਊ ਬਥੇਰੀ ਆ, ਵੀ ਬਥੇਰੀ ਆ। ਠੀਕ ਹੈ ਜੀ, ਤੇ 14 ਕੁ ਲੀਟਰ ਇਹਨੇ ਦੁੱਧ ਦਿੱਤਾ, 14.5 ਲੀਟਰ ਇਹ ਆਪ ਛੱਡੀਆਂ ਦੋਨੋਂ। ਠੀਕ ਹੈ ਜੀ, ਮਤਲਬ ਦੁੱਧ ਇਹਦੇ ਭੱਜੀਆਂ ਨਹੀਂ ਹੈਗੀਆਂ। ਠੀਕ ਹੈ ਜੀ, ਇਹ 7-7 ਮਹੀਨੇ ਦੇ ਗੱਭਣ ਹੋਣ ਤੋਂ ਬਾਅਦ ਆਪ ਛੱਡੀਆਂ ਦੋਨੋਂ। ਇਹਨੇ ਕੱਢਿਆ ਹੈ 14 ਕਿਲੋ, ਇਹ ਸੂੰਦੀਆਂ ਦੂਜਾ ਸੂਆ, ਨੇੜੇ ਜਾ ਕੇ ਦਿਖਾ ਦੇ ਸਮਾਰ ਕੇ, ਐਨ ਇਹ ਬਾਈ ਕਹਿੰਦਾ ਕਰ ਦੂਗੀ 8 ਤੋਂ 10 ਦਿਨ ਹਜੇ ਇਹਦੇ ਬਾਕੀ ਨੇ, ਕਿਉਂਕਿ ਇਹ ਆ ਗਈ ਸੱਜਣੋ ਗੱਭਣ, 14 ਕਿਲੋ ਪਹਿਲਣ ਦਾ ਰਿਕਾਰਡ ਆ। ਜਿਵੇਂ ਬਾਈ ਨੇ ਦੱਸਿਆ ਵੀ ਇਹ ਲੋਕਲ ਜਾਨਵਰ ਹੀ ਨੇ ਯਾਰ, ਘਰ ਦੇ ਜਾਨਵਰ ਨੇ, ਕੋਈ ਸੇਲ ਪਰਚੇਜ ਵਾਲਾ ਸਿਸਟਮ ਨਹੀਂ ਹੈਗਾ ਇਹਦੇ 'ਚ ਵੀ, ਇਹ ਜਾਨਵਰ ਜਾਂ ਬਾਈ ਕਿਤੋਂ ਖਰੀਦ ਕੇ ਲੈ ਕੇ ਆਇਆ। ਇਸ ਵਾਰੀ ਬਾਈ ਇਹ ਕਿੰਨਾ ਕੁ ਪਾ ਸਕਦੀ ਆ ਇਹ ਦੁੱਧ? ਦੇਖੋ ਉਹ ਤਾਂ ਸੇਵਾ ਤੇ ਆ, ਦੁੱਧ ਇਹਨੂੰ ਇਹ 14 ਤੇ ਵੀ ਰਹਿ ਸਕਦੀ ਆ, 12 ਤੇ ਵੀ ਰਹਿ ਸਕਦੀ ਹੈ, 16-18 ਵੀ ਲੈ ਸਕਦਾ ਬੰਦਾ, ਸੇਵਾ ਤੇ ਡਿਪੈਂਡ ਆ, ਦੁੱਧ ਤਾਂ ਸੇਵਾ ਦਾ ਹੁੰਦਾ, ਇਹੋ ਜਿਹਾ ਪਾਓਗੇ ਇਹੋ ਜਿਹਾ ਕੱਢ ਲਓਗੇ। ਡੰਗਰ ਦੁੱਧ ਵਾਲੇ ਆ, ਜਾਨਵਰ ਚੰਗੇ ਨੇ, ਤੇ ਬਾਕੀ ਪਤਾ ਹੀ ਚਮੜੀ ਆ, ਜਿਹੜੇ ਸੱਜਣ ਨੇ ਲੈਣੇ ਨੇ ਉਹਨੇ ਆਪਦੀ ਜੱਜਮੈਂਟ ਵੀ ਕਰਕੇ ਲੈਣੇ ਹੁੰਦੇ ਨੇ, ਤੇ ਮੇਨ ਗੱਲ ਆ ਜਿਹੜੀ ਯਾਰ ਇਹਦੀ ਪੂੰਛ ਪਾਛ ਆ, ਇਹ ਵੀ ਬਹੁਤ ਬਰੀਕ, ਬਿਲਕੁਲ ਬਰੀਕ ਆ, ਤੇ ਬਰੀਕੀਆਂ ਚਾਹੀ, ਤੇ ਥੱਲਿਓਂ ਵੀ ਲੇਵਾ ਲੂਗਾ ਜੀ, ਗਿਰਗੜ ਦੇ ਥਣ ਲੱਗਿਆ ਹੋਇਆ, 10 ਦਿਨ ਕੱਢਦੀ ਆ ਹਜੇ, ਚੰਗਾ ਬਣਾਊਗੀ ਉਹ ਹਿਸਾਬ ਨਾਲ। ਹਾਂਜੀ, ਗਿਰਗੜ ਦੇ ਥਣ ਲੱਗਿਆ ਹੋਇਆ, ਆਰਡਰ ਵੀ ਚੰਗਾ ਬਣਾਊਗੀ ਤੇ ਲੱਗਿਆ ਵੀ, ਇੱਕ ਨੰਬਰ ਚੋਟੀ ਆ। ਇਹਦੇ ਬਾਈ ਕਿੰਨੇ ਕੁ ਪੈਸੇ ਲਵਾਂਗੇ? ਇਹਦਾ ਆਪਾਂ ਮੁੱਲ ਕਰਦੇ ਆ 1,15,000। ਇਹ ਕਿੰਨੇ ਦੇ ਦਾਂਗੇ? ਤੇ ਇਹ ਆਪਾਂ ਚੋਟੀ ਦੇ ਦਾਂਗੇ 1,10 ਦੀ, ਇਹ ਦੇ ਦਾਂਗੇ 1,10,000 ਦੀ, ਜੇ ਕੋਈ ਸੱਜਣ ਜੋੜੇ ਹੀ ਲੈਂਦਾ ਇਕੱਠਾ, ਜੋੜਾ ਲੈਂਦਾ ਉਹਦੇ ਚ ਮਾਨਦਾਨ ਕਰ ਦਿਆਂਗੇ, ਜੋੜੇ ਚ ਕਰ ਦਾਂਗੇ, ਕਰ ਦਿਆਂਗੇ, ਜੋੜੇ ਚ 5-4 ਹਜ਼ਾਰ ਰੁਪਇਆ ਕਰ ਦਾਂਗੇ, ਮਾਨਦਾਨ ਹੀ ਗੱਲ ਜੇ ਕਿਸੇ ਸੱਜਣ ਨੇ ਜੋੜਾ ਲਿਜਾਣਾ। ਆਪਣਾ ਨੰਬਰ ਬੋਲ ਦਿਓ ਜੀ। ਮੇਰਾ 8109800144। ਹਾਂਜੀ, ਇੱਕ ਵਾਰੀ ਹੋਰ ਬੋਲੋ, 8109800144, ਵੈਦ ਜਸਨ ਸਿੰਘ ਮੇਰਾ ਨਾਮ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਈ ਆ ਪਿੰਡ ਦੋਲੋਕਲਾਂ, ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਬਾਈ ਨੂੰ। ਇਹਨਾਂ ਦੋਹਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ, ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ। ਧੰਨਵਾਦ।